ਆਗਾਜ਼ ਕਰਾਂਗੇ ਵੱਡੀ ਖਬਰ ਦੇ ਨਾਲ। ਬਠਿੰਡਾ ਦੇ ਵਿੱਚ ਪੁਲਿਸ ਦੀ ਟੀਮ ਤੇ ਫਾਇਰਿੰਗ ਕੀਤੀ ਗਈ ਹੈ। ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਨੇ। ਕ੍ਰਾਸ ਫਾਇਰਿੰਗ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਨੇ ਜੋ ਬਦਮਾਸ਼ ਸਨ। ਅਤੇ ਵਾਹਨਾਂ ਦੀ ਚੈਕਿੰਗ ਲਗਾਤਾਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਸ਼ੱਕੀ ਕਾਰ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਸਵਾਰਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ। ਬਠਿੰਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਦੀ ਟੀਮ ਤੇ ਫਾਇਰਿੰਗ ਕੀਤੀ ਗਈ। ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਫਾਇਰਿੰਗ ਕਰਨ ਵਾਲੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਨੇ। ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਪੁਲਿਸ। ਛੱਕੀ ਕਾਰ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਜਦੋਂ ਕੀਤੀ ਗਈ ਤਾਂ ਕਾਰ ਸਵਾਰਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ। ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਕੁਲਬੀਰ ਜੁੜ ਚੁੱਕੇ ਨੇ, ਫੋਨ ਲਾਈਨ ਤੇ ਮੌਜੂਦ ਨੇ। ਕੁਲਬੀਰ, ਕੀ ਕੁਝ ਅਪਡੇਟ ਹੈ ਇਸ ਪੂਰੇ ਮਾਮਲੇ ਤੇ? ਬਿਲਕੁਲ, ਜੇ ਦੇਖੀਏ ਤਾਂ ਲਗਾਤਾਰ ਪੁਲਿਸ ਵੱਲੋਂ ਜਿਹੜਾ ਗੈਂਗਸਟਰਾਂ ਨੂੰ ਤੇ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਭਾਲ ਦੇ ਵਿੱਚ ਲਗਾਤਾਰ ਨਾਕੇ ਲਗਾਏ ਜਾ ਰਹੇ ਨੇ। ਔਰ ਕਿਤੇ ਨਾ ਕਿਤੇ ਅੱਜ ਬਠਿੰਡਾ ਦੇ ਵਿੱਚ ਜਿਹੜਾ ਐਤਵਾਰ ਹੋਣ ਕਰਕੇ ਪੁਲਿਸ ਵੱਲੋਂ ਸ਼ੱਕੀ ਵਾਹਨਾਂ ਨੂੰ ਜਾਂਚ ਕਰਨ ਲਈ ਜਿਹੜੇ ਨੇ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਨਾਕੇ ਲਗਾਏ ਗਏ ਸੀਗੇ। ਲੇਕਿਨ ਸੈਪਲ ਹੋਟਲ ਦੇ ਨਜ਼ਦੀਕ ਨਾਕਾ ਲੱਗਿਆ ਹੋਇਆ ਸੀ PCR ਵੱਲੋਂ, ਤਾਂ ਜਦੋਂ ਇੱਕ ਸ਼ੱਕੀ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਵਾਲੇ ਨੇ ਕਾਰ ਨਾ ਰੋਕੀ ਅਤੇ ਉਲਟਾ ਜਿਹੜਾ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਸਾਡੇ ਉੱਪਰ ਜਿਹੜੀ ਆ ਫਾਇਰਿੰਗ ਕਰ ਦਿੱਤੀ ਗਈ। ਤਾਂ ਅਸੀਂ ਜਵਾਬੀ ਹਮਲੇ ਵਿੱਚ ਅਸੀਂ ਵੀ ਉਹਨਾਂ ਤੇ ਫਾਇਰਿੰਗ ਕੀਤੀ, ਲੇਕਿਨ ਕਾਰ ਭਜਾ ਕੇ ਲੈ ਗਏ। ਤਾਂ ਤੁਰੰਤ ਜਿਹੜਾ ਵਾਇਰਲੈਸ ਰਾਹੀਂ ਮੈਸੇਜ ਕਰ ਦਿੱਤਾ ਗਿਆ ਤਾਂ ਦੂਸਰੀਆਂ ਜਿਹੜੀਆਂ ਪਾਰਟੀਆਂ ਸੀਗੀਆਂ ਤਾਂ ਉਹਨਾਂ ਨੇ ਪੁਲਿਸ ਨੇ ਕਾਰ ਦਾ ਪਿੱਛਾ ਕੀਤਾ। ਤਾਂ ਬਠਿੰਡਾ ਦੀ ਪੱਟੀ ਰੋਡ ਦੇ ਉੱਪਰ ਕਾਰ ਨੂੰ ਰੋਕ ਲਿਆ ਗਿਆ ਜਿਸ ਦੇ ਵਿੱਚੋਂ 2 ਨੌਜਵਾਨ ਸੀਗੇ, ਇੱਕ ਭੱਜਣ ਵਿੱਚ ਕਾਮਯਾਬ ਹੋ ਗਿਆ ਔਰ ਇੱਕ ਨੂੰ ਪੁਲਿਸ ਨੇ ਜਿਹੜਾ ਅਰੈਸਟ ਕਰ ਲਿਆ ਮੌਕੇ ਦੇ ਉੱਪਰ, ਔਰ ਕਾਰ ਵੀ ਜਿਹੜੀ ਆ ਅਰੈਸਟ ਕਰ ਲਈ ਹੈ ਔਰ ਦੂਸਰੇ ਨੌਜਵਾਨ ਦਾ ਪਿੱਛਾ ਪੁਲਿਸ ਜਿਹੜੀ ਆ ਕਰ ਰਹੀ ਹੈ। ਲੇਕਿਨ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿ ਆਖਰ ਇਹ ਕੌਣ ਲੋਕ ਨੇ, ਕਿਉਂ ਇਹਨਾਂ ਨੇ ਫਾਇਰਿੰਗ ਕੀਤੀ ਹੈ। ਤਾਂ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਦੱਸਾਂਗੇ ਇਸ ਬਾਰੇ ਕਿ ਇਹ ਨੌਜਵਾਨ ਕੌਣ ਨੇ ਔਰ ਕਿਉਂ ਇਹਨਾਂ ਨੇ ਜਿਹੜੀ ਹੈ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਹੈ। ਠੀਕ ਹੈ, ਠੀਕ ਹੈ ਕੁਲਬੀਰ ਜੀ, ਜਿਵੇਂ ਤੁਸੀਂ ਦੱਸ ਰਹੇ ਸੀ ਕਿ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਪੁਲਿਸ ਦੇ ਵੱਲੋਂ, ਕਾਰ ਵੀ ਬਰਾਮਦ ਕਰ ਲਈ ਗਈ, ਤਾਂ ਕੀ ਉਸ ਜਿਸ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਉਸਦੇ ਵੱਲੋਂ ਕੋਈ ਖੁਲਾਸਾ ਕਿਸੇ ਕਿਸਮ ਦਾ ਕੀਤਾ ਗਿਆ ਹੈ? ਕਿੱਥੇ ਜਾ ਰਹੇ ਸੀ, ਕਿੱਥੋਂ ਆ ਰਹੇ ਸਨ ਅਤੇ ਕੀ ਕੋਈ ਵਾਰਦਾਤ ਨੂੰ ਤਾਂ ਨਹੀਂ ਅੰਜਾਮ ਦੇਣਾ ਸੀ, ਕੋਈ ਇਸ ਬਾਰੇ ਜਾਣਕਾਰੀ? ਨਹੀਂ, ਹਜੇ ਤੱਕ ਬਿਲਕੁਲ ਜਿਹੜਾ ਮੌਕੇ ਦੇ ਉੱਪਰ ਉਹਨੂੰ ਨਾਲ ਦੀ ਨਾਲ ਜਿਹੜਾ ਪੁਲਿਸ ਵੱਲੋਂ ਰਾਊਂਡ ਅਪ ਕਰਕੇ ਪੁਲਿਸ ਜਿਹੜੀ ਆ ਨਾਲ ਲੈ ਗਈ ਆ ਤੇ ਜਾਂਚ ਦੇ ਲਈ ਕਹਿ ਦਿੱਤਾ ਗਿਆ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿ ਇਹ ਕੌਣ ਨੌਜਵਾਨ ਹੈ। ਲੇਕਿਨ ਇੱਕ ਜਣੇ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਤੇ ਦੂਸਰਾ ਜਿਹੜਾ ਉਸ ਤੋਂ ਭੱਜਣ ਦੇ ਵਿੱਚ ਸਫਲ ਹੋਇਆ ਉਸਦਾ ਜ਼ਰੂਰ ਪਿੱਛਾ ਕੀਤਾ ਜਾ ਰਿਹਾ ਔਰ ਕਾਰ ਵੀ ਜਿਹੜੀ ਹੈ ਉਹ ਵੀ ਉਸਦੇ ਉੱਪਰ ਜਿਹੜੀ ਹੈ ਪਿੱਛੇ ਕਹਿ ਸਕਦੇ ਹਾਂ ਕਿ ਉਹ ਵੱਜੀ ਹੋਈ ਕਾਰ ਹੈ ਕਿਸੇ ਚੀਜ਼ ਦੇ ਵਿੱਚ, ਕਿਉਂਕਿ ਕਾਲੀ ਦੇ ਵਿੱਚ ਜਦੋਂ ਉਸਨੂੰ ਭਜਾ ਕੇ ਲੈ ਕੇ ਆਏ ਨੇ ਇਸੇ ਕਾਰਨ ਕਰਕੇ ਜਦੋਂ ਅੱਗੋਂ ਪੁਲਿਸ ਨੇ ਰੋਕ ਲਿਆ ਗਿਆ ਉਹਨਾਂ ਨੂੰ ਤਾਂ ਉਹਦੇ ਵਿੱਚੋਂ ਇੱਕ ਜਿਹੜਾ ਨੌਜਵਾਨ ਆ ਉਹ ਭੱਜ ਗਿਆ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕੁਲਬੀਰ ਜੀ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਮੇਰੇ ਸਾਥੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਕਾਰ ਵੀ ਬਰਾਮਦ ਪੁਲਿਸ ਦੇ ਵੱਲੋਂ ਕਰ ਲਈ ਗਈ ਹੈ। ਹਾਲਾਂਕਿ ਜੋ ਕਾਰ ਹੈ ਉਹ ਥੋੜੀ ਖਸਤਾ ਹਾਲਤ ਦੇ ਵਿੱਚ ਮਿਲੀ ਹੈ ਕਿਉਂਕਿ ਮੁਲਜ਼ਮਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਕਿਆਸ ਇਹ ਲਗਾਏ ਜਾ ਰਹੇ ਨੇ ਕਿ ਹੋ ਸਕਦਾ ਹੈ ਕਿ ਕਿਸੇ ਵਾਹਨ ਦੇ ਵਿੱਚ ਜਾਂ ਕਿਤੇ ਡਿਵਾਈਡਰ ਦੇ ਨਾਲ ਇੱਕ ਕਾਰ ਟਕਰਾਈ ਹੋਵੇ। ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਵੱਡੀ ਗਿਣਤੀ ਦੇ ਵਿੱਚ ਜੋ ਪੁਲਿਸ ਬਲ ਹੈ ਉਹ ਵੀ ਮੌਕੇ ਤੇ ਤਾਇਨਾਤ ਹੈ ਅਤੇ ਜੋ ਮੁਲਜ਼ਮ ਇੱਕ ਫਰਾਰ ਹੋ ਗਿਆ ਉਸ ਦੀ ਜੋ ਤਲਾਸ਼ ਲਗਾਤਾਰ ਕੀਤੀ ਜਾ ਰਹੀ ਹੈ ਤੇ ਪੁਲਿਸ ਦੀਆਂ ਜੋ ਟੀਮਾਂ ਨੇ ਉਹਨਾਂ ਦੇ ਵੱਲੋਂ ਪਿੱਛਾ ਵੀ ਉਸ ਮੁਲਜ਼ਮ ਦਾ ਕੀਤਾ ਜਾ ਰਿਹਾ ਹੈ। ਤਾਂ ਕਾਰ ਸਵਾਰ ਇਹਨਾਂ ਮੁਲਜ਼ਮਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਸੀ ਨਾਕਾਬੰਦੀ ਦੇ ਦੌਰਾਨ, PCR ਟੀਮ ਦੇ ਉੱਪਰ ਫਾਇਰਿੰਗ ਕੀਤੀ ਗਈ ਇਹਨਾਂ ਦੇ ਵੱਲੋਂ। ਤਾਂ ਹਾਲਾਂਕਿ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਤੇ ਜਿਸ ਕਾਰ ਦੇ ਵਿੱਚ ਇਹ ਦੋਵੇਂ ਹੀ ਮੁਲਜ਼ਮ ਜਾਂ ਹੋਰ ਜਿਹੜੇ ਮੁਲਜ਼ਮ ਸਵਾਰ ਸਨ
ਉਹ ਕਾਰ ਨੂੰ ਵੀ ਬਰਾਮਦ ਕਰ ਲਿਆ ਤਾਂ ਤਸਵੀਰਾਂ ਇਹ ਬਠਿੰਡਾ ਤੋਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਈ ਹੈ ਤੇ ਹੁਣ ਜਿਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਪੁੱਛ ਪੜਤਾਲ ਜੋ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਕਿ ਕਿਸ ਮਕਸਦ ਦੇ ਨਾਲ ਉਹ ਕਿੱਧਰੋਂ ਆਏ ਕਿੱਥੇ ਜਾ ਰਹੇ ਸੀ ਅਤੇ ਹੋਰ ਕੀ ਕੁਝ ਬਰਾਮਦ ਹੋਇਆ ਇਸ ਦੌਰਾਨ ਉਹ ਵੀ ਥੋੜ੍ਹੀ ਦੇਰ ਬਾਅਦ ਅਪਡੇਟ ਤੁਹਾਨੂੰ ਜ਼ਰੂਰ ਦੇ ਦਿਆਂਗੇ। ਮੌਕੇ ਤੇ ਆਏ ਆ ਤੇ ਇੱਕ ਸਾਡੀ ਪੀਸੀਆਰ ਪਾਰਟੀ ਦੇ ਉੱਪਰ ਕੁਝ ਇਨਫੋਰਮੇਸ਼ਨ ਸੀਗੀ ਕਿ ਕੁਝ ਜਿਹੜੇ ਸ਼ਰਾਰਤੀ ਬੰਦੇ ਹੈਗੇ ਨੇ ਜਾਂ ਡਰੱਗਸ ਰਿਲੇਟਡ ਛੋਟੀ ਇਨਫੋਰਮੇਸ਼ਨ ਸੀਗੀ ਉਸ ਨੂੰ ਚੈੱਕ ਕਰਨ ਵਾਸਤੇ ਜਦੋਂ ਸਾਡੀ ਪੀਸੀਆਰ ਪਾਰਟੀ ਆਈ ਤਾਂ ਜਿਹੜੀ ਗੱਡੀ ਦੇ ਵਿੱਚ ਸਵਾਰ ਬੰਦੇ ਸੀਗੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ। ਸੋ ਅਸੀਂ ਹੁਣ ਆਏ ਹਾਂ, ਜਲਦੀ ਇਸ ਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਵੀ ਆਰ ਟ੍ਰਾਇੰਗ ਕਿ ਬੰਦੇ ਕਿਹੜੇ ਸੀ ਟਰੇਸ ਕਰਕੇ ਜਲਦੀ ਉਹਨਾਂ ਨੂੰ ਅਰੈਸਟ ਕਰ ਲਵਾਂਗੇ।